ਪੰਜਾਬ ਦੇ ਗੁਰਦਾਸਪੁਰ ਦੇ ਵਿੱਚ ਸਾਲ 2015 ਦੇ ਵਿੱਚ ਹੋਇਆ ਅਤਵਾਦੀ ਹਮਲੇ ਦੇ ਮਾਸਟਰਮਾਈਂਡ ਦਾ ਪਾਕਿਸਤਾਨ ਦੇ ਵਿੱਚ ਬੀਤੇ ਦਿਨੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਗੁਰਦਾਸਪੁਰ ਅਤਵਾਦੀ ਹਮਲੇ ਦੇ ਮੁੱਖ ਸਾਜ਼ਿਸ਼ਕਰਤਾ ਅਲੀ ਰਜ਼ਾ ਸੀ। ਦੱਸਦੀ ਹੈ ਕਿ ਜਿਸ ਤੇ ਪਾਕਿਸਤਾਨ ਦੇ ਕਰਾਚੀ ਦੇ ਵਿੱਚ ਹਮਲਾ ਕੀਤਾ ਸੀ। ਅਲੀ ਰਜ਼ਾ ਕਰਾਚੀ ਪੁਲਿਸ ਦੇ ਵਿੱਚ ਬਤੌਰ ਡੀਐਸਪੀ ਵੀ ਸੀ। ਦੱਸਦੀ ਹੈ ਕਿ ਇਸ ਤੋਂ ਇਲਾਵਾ ਇਸ ਦੇ ਪਾਕਿਸਤਾਨ ਦੀ ਖੂਫੀਆ ਏਜੰਸੀ ਆਈਐਸਆਈ ਨਾਲ ਵੀ ਸੰਬੰਧੇ ਸਨ। ਅਲੀ ਰਜ਼ਾ ਮੌਜੂਦ ਸਮੇਂ ਦੇ ਵਿੱਚ ਕਾਉਂਟਰ ਟੈਰਰਿਜ਼ਮ ਡਿਪਾਰਟਮੈਂਟ ਸਿੰਧ ਦੇ ਵਿੱਚ ਤਾਇਨਾਤ ਸੀ ਪਾਕਿਸਤਾਨ ਦੇ ਇੱਕ ਨਿਊਜ਼ ਰਿਪੋਰਟ ਦੇ ਮੁਤਾਬਕ ਕਰਾਚੀ ਵਿੱਚ ਅਲੀ ਰਜ਼ਾ ਤੇ ਅਰਪਚਾਤਿਆਂ ਨੇ ਹਮਲਾ ਕੀਤਾ ਹਮਲਾਵਰ ਮੋਟਰਸਾਈਕਲ ਤੇ ਸਵਾਰ ਹੋ ਕੇ ਆਇਆ ਤੇ ਅਲੀ ਰਜ਼ਾ ਨੂੰ ਦੇਖਦੇ ਸਾਰ ਹੀ ਉਸ ਤੇ ਅੰਨੇ ਬਾ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਸਿਰ ਦੇ ਵਿੱਚ ਗੋਲੀਆਂ ਲੱਗਣ ਦੇ ਕਾਰਨ ਅਲੀ ਰਜ਼ਾ ਦੀ ਮੌਕੇ ਤੇ ਮੌਤ ਹੋ ਗਈ ਹੈ ਇਹ ਘਟਨਾ ਕਰਾਚੀ ਦੇ ਕਰੀਮਾਬਾਦ ਦੇ ਵਿੱਚ ਵਾਪਰੀ ਹੈ ਗੋਲੀਆਂ ਲੱਗਣ ਦੇ ਕਾਰਨ ਅਲੀ ਰਜ਼ਾ ਦਾ ਦੋਸਤ ਮੱਕਾਰ ਵੀ ਗੰਭੀਰ ਜ਼ਖਮੀ ਹੋ ਗਿਆ ਜਿਸ ਦਾ ਇਲਾਜ ਚੱਲ ਰਿਹਾ ਹੈ अली रजा अपनी गड्डी ਦੇ ਵਿੱਚ ਸਵਾਰ ਹੋ ਕੇ ਕਰੀਮਾਬਾਦ ਵਿੱਚ ਇੱਕ ਮੀਟਿੰਗ ਵਿੱਚ ਹਸਾ ਲੈਣ ਲਈ ਪਹੁੰਚਿਆ ਸੀ ਇਸ ਦੌਰਾਨ ਮੋਟਰਸਾਈਕਲ ਤੇ ਆਏ ਹਮਲਾਵਰਾਂ ਨੇ ਕਾਤ ਲਗਾ ਕੇ ਉਸ ਤੇ ਹਮਲਾ ਕਰ ਦਿੱਤਾ ਪੁਲਿਸ ਨੇ ਉਹ ਮੌਕੇ ਤੋਂ 911 ਖੋਲ ਪ੍ਰਾਪਤ ਹੋਏ